श्री सनातन धर्म महावीर दल विखे मनाया गया दशहरे का त्यौहार से वड्डी गिनती विच पहुंचे दशहरा देखण लई लोक। दस दईए कि श्री हनुमान चौंक विखे MSD स्कूल दे विच अज सनातन धर्म वालों दशहरे का त्यौहार बड़ी धूमधाम के नाल मनाया गया, जिस दे विच वड्डी गिनती विच शहर वासी पहुंचे हुए सन। तो उस तो बाद जिला प्लैनिंग बोर्ड के चेयरमैन राजन गर्ग वालों पहला श्री राम लक्ष्मण सीता मैया श्री हनुमान जी की पूजा की गई। तो उस तो बाद इन्हां पुतलियां नूं अग लगाई गई। तुसीं देख रहे हो तस्वीरां बठिंडा दे MSD स्कूल दियां जिथे वड्डी गिणती विच शहर दे वासी पहुंचे हुए हन। बल बुद्धि विद्या देहु मोहि अरहु कलेश। श्री सनातन धर्म महावीर दल रजिस्टर्ड बठिंडा पिछले 55 सालों तो लगातार इस स्थान पर हर्षोल्लास नाल दशहरा मनाता है। ये लोगों की जो ईमानदारी ते नेकी दी जित दे प्रति प्रतीक ने श्री रामचंद्र जी जिन्हां ने श्री रामचरित मानस लिखी है। नेकी ते बदी दी लड़ाई, अच्छाई ते बुराई दी लड़ाई, झूठ ते सच दी लड़ाई, ये जिहड़ी साडी संस्कृति है उस संस्कृति दे पूर्णियां ते चलदे होए असी पुराने पर्व नूं हिंदुस्तान लैवल ते असी लख लख महावीर दल कन्ने वधाई दिंदे हां। ਦੱਸਿਆ ਜਾ ਰਿਹਾ ਵੀ ਜਿਹੜੇ ਰਾਵਣ ਸੀਗੇ ਉਹ ਵੀ ਬਹੁਤ ਗੁਣੀ ਗਿਆਨੀ ਸੀ, ਪਰ ਮਤਲਬ ਉਹਨਾਂ ਦਾ ਕਿਉਂ ਫੁੱਕਿਆ ਜਾਂਦਾ, ਕੀ ਕਾਰਨ ਹੈਗਾ? ਜਿਹੜੇ ਰਾਵਣ ਜੀ ਸੀ ਉਹ ਵਿਦਵਾਨ ਵੀ ਸੀ, ਗਿਆਨੀ ਵੀ ਸੀ, ਸ਼ਕਤੀਸ਼ਾਲੀ ਵੀ ਸੀ, ਬਾਹੂਬਲੀ ਵੀ ਸੀ। ਸ਼ਿਵ ਭਗਵਾਨ ਤੋਂ ਉਹਨਾਂ ਨੂੰ ਸਾਰੀਆਂ ਤਾਕਤਾਂ ਮਿਲੀਆਂ ਸੀ। ਜਿਹੜਾ ਤੁਸੀਂ ਸਵਾਲ ਕੀਤਾ ਵੀ ਇਹ ਕਿਉਂ ਹੁੰਦਾ, ਉਹ ਇਸ ਕਰਕੇ ਹੁੰਦਾ ਕਿਉਂਕਿ ਜਦੋਂ ਬੰਦੇ ਨੂੰ ਕੋਈ ਚੀਜ਼ ਮਿਲ ਜਾਂਦੀ ਹੈ ਜਾਂ ਕੋਈ ਵੀ ਪਾਵਰ ਮਿਲ ਜਾਂਦੀ ਹੈ, ਜੋ ਸ਼ਕਤੀ ਮਿਲ ਜਾਂਦੀ ਹੈ, ਉਦੋਂ ਅੰਧਕਾਰ ਹੀ ਹੋ ਜਾਂਦਾ। ਰਾਜੋ ਤਾਜ ਤਾਜੋ ਨਰਕ, ਸ੍ਰਿਸ਼ਟੀ ਦਾ ਵਿਧਾਨ ਹੈ। ਰਾਜ ਮਿਲਿਆ, ਤਾਜ ਮਿਲਿਆ, ਹੰਕਾਰ ਆਇਆ ਤਾਂ ਨਰਕ ਮਿਲਿਆ, ਜੇ ਨਰਕ ਆਇਆ ਤਾਂ ਵਧੀ ਹੋਈ, ਵਧੀ ਹੋਈ ਤਾਂ ਸ਼੍ਰੀ ਰਾਮ ਚੰਦਰ ਜੀ ਨੂੰ ਚੜ੍ਹਾਈ ਕਰਨੀ ਪਈ ਔਰ ਕਾਰਨ ਬਣੇ ਅੱਜ ਉਹਨਾਂ ਦੇ ਪੁਤਲੇ ਬੁੱਕੇ ਜਾਂਦੇ ਹੈ ਔਰ ਸ਼੍ਰੀ ਰਾਮ ਚੰਦਰ ਜੀ, ਲਕਸ਼ਮਣ ਜੀ, ਸੀਤਾ ਮਾਤਾ ਜੀ ਅਤੇ ਹਨੂੰਮਾਨ ਜੀ ਦੀ ਜੈ ਜੈਕਾਰ ਹੁੰਦੀ ਹੈ। ਦੁਨੀਆਂ 'ਚ ਵੀ ਬਹੁਤ ਜ਼ਿਆਦਾ ਰਾਵਣ ਪੈਦਾ ਹੋ ਚੁੱਕੇ ਆ ਜੀ, ਬਹੁਤ ਜ਼ਿਆਦਾ ਵੀ ਕੁੜੀ ਗਿਆਨੀ ਵੀ ਬਹੁਤ ਆ ਗਏ ਵਿੱਚ ਅਤੇ ਵਿੱਚ ਰਾਵਣ ਵੀ ਬਹੁਤ ਆ ਗਏ, ਉਹ ਕੀ ਸਿੱਖਿਆ ਦੇਣੀ ਚਾਹੁੰਦੇ ਜੀ ਲੋਕਾਂ ਨੂੰ? ਮੈਂ ਸਟੇਜ ਤੋਂ ਵੀ ਇਹ ਗੱਲ ਕਹੀ ਸੀ ਕਿ ਸ੍ਰਿਸ਼ਟੀ ਦੇ ਰਚੇਤਾ ਉਹਨਾਂ ਨੇ ਸੱਤ ਯੁੱਗ ਹੀ ਬਣਾਏ ਹੈ, ਅੱਠਵਾਂ ਯੁੱਗ ਨਹੀਂ ਬਣਾਇਆ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹਦੇ ਈਸ਼ਵਰ ਰਾਵਣ ਜ਼ਿਆਦੇ ਹੋ ਗਏ। ਪਰ ਲੋਕਾਂ 'ਚ ਐਤਕੀ ਉਸ ਗੁਰੂ ਮਹਾਰਾਜ ਨੇ ਗੱਲ ਛੱਡ ਦਿੱਤੀ ਵੀ ਫੈਸਲਾ ਤੁਸੀਂ ਕਰਨਾ। ਬਾਬਾ ਨਾਨਕ ਜੀ ਨੂੰ ਇੱਕ ਵਾਰ ਮਰਦਾਨਾ ਜੀ ਕਹਿਣ ਲੱਗੇ ਕਿ ਬਾਬਾ ਜੀ ਇਹ ਸਰਦਾਰ 'ਚ ਇੰਨੇ ਠੱਗ ਹੋ ਗਏ, ਮੁਲਕ ਚੱਲੂਗਾ ਕਿਵੇਂ? ਉਹ ਕਹਿੰਦੇ ਆਪੇ ਰਾਸਤਾ ਨਿਕਲੂਗਾ, ਸ਼ੇਰ ਬੇਲਾ ਤੂੰ ਇਸ ਗੱਲ ਦਾ ਫਿਕਰ ਨਾ ਕਰ। ਤੁਹਾਡੀ ਗੱਲ ਦਾ ਵੀ ਯਕੀਨ, ਮੈਂ ਤੁਹਾਡੀ ਦੁਆ ਮੰਗਦਾ, ਤੁਹਾਡਾ ਆਸ਼ੀਰਵਾਦ ਮੰਗਦਾ, ਤੁਹਾਡੀ ਭਾਵਨਾ ਮੰਗਦਾ ਕਿ ਮੈਨੂੰ ਹੰਕਾਰ ਨਾ ਮਿਲੇ, ਮੈਨੂੰ ਤੁਹਾਡੀ ਸੇਵਾ ਕਰਨ ਦਾ ਬਲ ਮਿਲੇ ਅਤੇ ਮੈਂ ਇਸੇ ਤਰੀਕੇ ਨਾਲ ਇਸ ਸੂਬੇ ਦੇ ਲੋਕਾਂ ਦੀ ਸੇਵਾ ਕਰਦਾ ਰਹਾਂ। ਸ਼ਾਇਦ ਤੁਹਾਡੀਆਂ ਭਾਵਨਾਵਾਂ ਹੀ ਲੋਕਾਂ ਦੇ ਵਿੱਚ ਵੜ ਜਾਣ ਅਤੇ ਰੱਬ ਦੀ ਆਵਾਜ਼ ਨੀਚੇ ਧਰਤੀ ਦੀ ਆ ਜਾਏ ਅਤੇ ਰਾਵਣਾਂ ਦੇ ਖਾਤਮੇ ਰਲ ਕੇ ਕਰ ਦਿਆਂ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।